ਜਿਵੇਂ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਸੀ ਕਿ ਜੁਲਾਈ ਦੀ ਸ਼ੁਰੂਆਤ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਹੋਰ ਡਰਾਅ ਕੱਡੇ ਜਾਣਗੇ ਤਾਂ ਇਸ ਦੇ ਬਾਰੇ ਇੱਕ CIC ਨਿਊਜ਼ ਵੈੱਬਸਾਈਟ ਦੇ ਉੱਤੇ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਉਨ੍ਹਾਂ ਨੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫ੍ਰੇਜ਼ਰ ਨੂੰ ਸਵਾਲ ਪੁੱਛਿਆ ਕਿ ਕਦੋਂ ਇਹ ਡਰਾਅ ਕੱਡੇ ਜਾ ਸਕਦੇ ਨੇ ਤਾਂ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ 6 ਜੁਲਾਈ ਤੋਂ ਹੋ ਸਕਦਾ ਹੈ ਕਿ ਐਕਸਪ੍ਰੈਸ ਐਂਟਰੀ ਦੇ ਹੋਰ ਡਰਾਅ ਕੱਡੇ ਜਾਣ ਯਾਨੀ ਕਿ ਜਿਨ੍ਹਾਂ ਨੇ ਵੀ ਇਨ੍ਹਾਂ ਡਰਾਅਸ ਦੇ ਵਿੱਚ ਆਪਣੀਆਂ ਫਾਈਲਾਂ ਲਾਉਣੀਆਂ ਨੇ ਉਹ ਪਹਿਲਾਂ ਤੋਂ ਤਿਆਰੀ ਰੱਖ ਸਕਦੇ ਨੇ ਤੇ ਆਪਣੀਆਂ ਪ੍ਰੋਫਾਈਲਸ ਨੂੰ ਜਮ੍ਹਾਂ ਕਰਵਾ ਸਕਦੇ ਨੇ ਕਿਉਂਕਿ ਹੋ ਸਕਦਾ ਹੈ ਕਿ 6 ਜੁਲਾਈ ਨੂੰ ਇਹ ਡਰਾਅ ਕੱਢੇ ਜਾਣ ਜਿਸ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਐਕਸਪ੍ਰੈਸ ਐਂਟਰੀ ਦੇ ਵੱਖੋ-ਵੱਖਰੇ ਡਰਾਅ ਵੀ ਕੱਢੇ ਜਾ ਸਕਦੇ ਨੇ ਤਾਂ ਨਾਲ ਹੀ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਇੱਕ ਡਰਾਅ ਵੀ ਆ ਸਕਦਾ ਹੈ ਤੇ ਦੇਖਣਾ ਇਹ ਹੋਵੇਗਾ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਤੇ ਉੱਤੇ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਜਿਵੇਂ ਕਿ ਸਤੰਬਰ 2021 ਤੋਂ ਬਾਅਦ ਹੁਣ ਤੱਕ ਪੀਐਨਪੀ ਅਪਰੂਵਲ ਵਾਲਿਆਂ ਵਾਸਤੇ ਹੀ ਡਰਾਅ ਕੱਢੇ ਜਾ ਰਹੇ ਸਨ ਤਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰਸ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਇਹਨਾਂ ਦੇ ਵੀ ਡਰਾ ਹੁਣ ਨਿਕਲਣਗੇ ਜੋ ਕਿ 6 ਜੁਲਾਈ ਨੂੰ ਕੱਢਿਆ ਜਾ ਸਕਦਾ ਹੈ ਡਰਾ ਜਿਸ ਦੇ ਬਾਰੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋਹੇ ਤਰੀਕ ਹੈ ਉਹ ਇੱਕ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਸ਼ਾਨ ਫ੍ਰਿਜ਼ਰ ਦੇ ਵੱਲੋਂ ਅੰਦਾਜ਼ਨ ਦੱਸੀ ਗਈ ਹੈ ਤਾਂ ਦੂਜੇ ਪਾਸੇ ਹਜੇ ਤੱਕ ਅਧਿਕਾਰਤ ਤੌਰ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਤਰੀਕ ਦੇ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਪਰ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਹੀ ਇਸ ਦਾ ਜ਼ਿਕਰ ਕਰ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਵਿੱਚ ਸੀਆਰਐਸ ਸਕੋਰ ਕਿੱਥੇ ਤੱਕ ਜਾਂਦਾ ਹੈ ਤੇ ਇਸ ਦੇ ਨਾਲ ਹੀ ਅੱਗੇ ਲਗਾਤਾਰ ਕਿੰਨੇ ਡਰਾ ਇਹ ਕੱਢੇ ਜਾਂਦੇ ਨੇ ਇਸ ਤੋਂ ਮੇਂ ਉਮੀਦ ਤਾਂ ਇਹ ਕੀਤੀ ਜਾ ਰਹੀ ਹੈ ਕਿ ਇਹਨਾਂ ਡਰਾਸ ਨੂੰ ਕੱਢਣਾ ਜਾਰੀ ਰੱਖਿਆ ਜਾ ਸਕਦਾ ਹੈ ਜਿਵੇਂ ਕਿ ਪੀਐਨਪੀ ਅਪਰੂਵਲ ਵਾਲਿਆਂ ਵਾਸਤੇ ਐਕਸਪ੍ਰੈਸ ਐਂਟਰੀ ਦਾ ਅੱਜ ਵੀ ਇੱਕ ਡਰਾ ਆਇਆ ਹੈ ਜਿਸ ਦੇ ਵਿੱਚ ਇਨਵੀਟੇਸ਼ਨ ਭੇਜੇ ਗਏ ਨੇ ਪੀਆਰ ਦੇ ਵਾਸਤੇ ਤਾਂ ਇਸ ਦੇ ਨਾਲ ਹੀ ਜਿਨ੍ਹਾਂ ਨੇ ਕੈਨੇਡਾ ਦੇ ਬਾਹਰਲੇ ਮੁਲਕਾਂ ਤੋਂ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਵਿੱਚ ਫਾਈਲਾਂ ਲਾਈਆਂ ਹੋਈਆਂ ਨੇ ਤੇ ਉਹ ਡੀ ਕਰ ਰਹੇ ਨੇ ਕਿ ਆਈਈਸੀ ਦੇ ਵਿੱਚ ਜੇਕਰ ਕੋਈ ਡਰਾ ਆਵੇਗਾ ਪਰ ਉਸਤੇ ਬਾਰੇ ਹਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਵਾਲਿਆਂ ਵਾਸਤੇ ਕੋਈ ਵੀ ਡਰਾ ਕੱਢੇ ਜਾਣ ਦਾ ਹਜੇ ਕੋਈ ਵੀ ਸੰਕੇਤ ਨਹੀਂ ਦਿੱਤਾ ਗਿਆ ਜੇਕਰ ਇਸਤੇ ਬਾਰੇ ਕੋਈ ਹੋਰ ਵੀ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ